ਡੈਥ ਹੋਈ ਆ ਅਸੀਂ ਡੈਥ ਵਾਲੇ ਘਰੇ ਵੀ ਨਹੀਂ ਜਾ ਸਕਦੇ ਯਾਰ ਅਫਸੋਸ ਕਰਨ ਇਹ ਥੋੜੀ ਜੇ ਭਗਵੰਤ ਮਾਨ ਨੇ ਆਉਣਾ ਤੇ ਹੋਰ ਕੋਈ ਬੰਦਾ ਹੀ ਨਹੀਂ ਘਰੇ ਜਾਊਗਾ ਕਿਸੇ ਨੇ ਕਿਹਾ ਤੁਹਾਨੂੰ ਜੇ ਕਿਹਾ ਦੱਸੋ ਮੈਂ ਐਕਸ ਐਮ ਐਲ ਆ ਦੱਸੋ ਕੀ ਇਖਤਿਆਰ ਆ ਤੁਹਾਡੇ ਕੋਲ ਕਿਹੜੇ ਆਰਡਰ ਲਿਆਓ ਦਿਓ ਮੈਨੂੰ ਇਸੇ ਗੱਲ ਨੇ ਤਾਂ ਅੱਗੇ ਤੁਸੀਂ ਸਿੱਧੂ ਮੂਸੇਵਾਲਾ ਮਰਾਤਾ ਯਾਰ ਲਿਆਓ ਦਿਓ ਮੈਨੂੰ ਕਿਹੜੇ ਆਰਡਰ ਕਿੰਨੇ ਕਿਹਾ ਲਿਆਓ ਦੱਸੋ ਮੈਨੂੰ ਮੈਂ ਤੁਹਾਨੂੰ ਆਪਦਾ ਆਈ ਡੀ ਦਿਖਾ ਰਿਹਾ ਸਾਡੇ ਰਿਸ਼ਤੇਦਾਰ ਆ ਨਹੀਂ ਤੁਸੀਂ ਅੱਜ ਜਿੰਨੀ ਸਿਕਿਉਰਿਟੀ ਲਾਈ ਜੀ ਉਦੋਂ ਸਿਕਿਉਰਿਟੀ ਲਾਉਂਦੇ ਅੱਜ ਸਿੱਧੂ ਮੂਸੇਵਾਲਾ ਸਾਡੇ ਚ ਹੁੰਦਾ ਕਮਾਲ ਕਰਦੀ ਤੂੰ ਸਾਨੂੰ ਰੋਕੀ ਜਾਂਦੇ ਉਹਦੇ ਫਾਦਰ ਨੂੰ ਬੁਲਾ ਲੈਣਾ ਮੈਂ ਇੱਥੇ ਕਹਿੰਦੇ ਆਰਡਰ ਲਿਆਓ ਦਿਓ ਆਈ ਜੀ ਸਾਹਿਬ ਨੂੰ ਇੱਥੇ ਸਦੋ ਡੈਥ ਹੋਈ ਅਸੀਂ ਡੈਥ ਵਾਲੇ ਘਰੇ ਵੀ ਨਹੀਂ ਜਾ ਸਕਦੇ ਯਾਰ ਅਫਸੋਸ ਕਰਨ ਇਹ ਥੋੜੀ ਜੇ ਭਗਵੰਤ ਮਾਨ ਨੇ ਆਉਣਾ ਤੇ ਹੋਰ ਕੋਈ ਬੰਦਾ ਹੀ ਨਹੀਂ ਘਰੇ ਜਾਊਗਾ ਕਿਸੇ ਨੇ ਕਿਹਾ ਤੁਹਾਨੂੰ ਜੇ ਕਿਹਾ ਦੱਸੋ ਮੈਂ ਐਕਸ ਐਮ ਐਲ ਆ ਦੱਸੋ ਕੀ ਇਖਤਿਆਰ ਆ ਤੁਹਾਡੇ ਕੋਲ ਕਿਹੜੇ ਆਰਡਰ ਲਿਆਓ ਦਿਓ ਮੈਨੂੰ ਇਸੇ ਗੱਲ ਨੇ ਤਾਂ ਅੱਗੇ ਤੁਸੀਂ ਸਿੱਧੂ ਮੂਸੇਵਾਲਾ ਮਰਾਤਾ ਯਾਰ ਲਿਆਓ ਦਿਓ ਮੈਨੂੰ ਕਿਹੜੇ ਆਰਡਰ ਕਿੰਨੇ ਕਿਹਾ ਲਿਆਓ ਦੱਸੋ ਮੈਨੂੰ ਮੈਂ ਤੁਹਾਨੂੰ ਆਪਦਾ ਆਈ ਡੀ ਦਿਖਾ ਰਿਹਾ ਸਾਡੇ ਰਿਸ਼ਤੇਦਾਰ ਨਹੀਂ ਲਾਈ ਜੀ ਉਦੋਂ ਸਿਕਿਉਰਿਟੀ ਲਾਉਂਦੇ ਅੱਜ ਸਿੱਧੂ ਮੂਸੇਵਾਲਾ ਸਾਡੇ ਚ ਹੁੰਦਾ ਕਮਾਲ ਕਰਦੀ ਤੂੰ ਸਾਨੂੰ ਰੋਕੀ ਜਾਂਦੇ ਉਹਦੇ ਫਾਦਰ ਨੂੰ ਬੁਲਾ ਲੈਣਾ ਮੈਂ ਇੱਥੇ ਕਹਿੰਦੇ ਆਰਡਰ ਲਿਆਓ ਦਿਓ ਆਈ ਜੀ ਸਾਹਿਬ ਨੂੰ ਇੱਥੇ ਸਦੋ ਜਿੰਨੀ ਸਿਕਿਉਰਿਟੀ ਅੱਜ ਤੁਸੀਂ ਲਾਈ ਆ ਇਹੋ ਚਾਰ ਬੰਦੇ ਉਦੋਂ ਦਿੱਤੇ ਹੁੰਦੇ ਅੱਜ ਆਹ ਦਿਨ ਨਾ ਸਾਨੂੰ ਵੇਖਣੇ ਪੈਂਦੇ ਰੋਕ ਨਹੀਂ ਰਹੇ ਪਲੀਜ਼ ਰੂਟ ਡਿਵਰਟ ਬ੍ਰਦਰ ਮੈਂ ਦੇਖੋ ਯਾਰ ਅਸੀਂ ਜਦੋਂ ਜਾਣਾ ਹੀ ਪੈਣਾ ਅਸੀਂ ਘਰ ਹੀ ਜਾਣਾ ਡੈਥ ਹੋਈ ਅਸੀਂ ਡੈਥ ਵਾਲੇ ਘਰੇ ਵੀ ਨਹੀਂ ਜਾ ਸਕਦੇ ਯਾਰ ਅਫਸੋਸ ਕਰਨ ਇਹ ਥੋੜੀ ਜੇ ਭਗਵੰਤ ਮਾਨ ਨੇ ਆਉਣਾ ਤੇ ਹੋਰ ਕੋਈ ਬੰਦਾ ਹੀ ਨਹੀਂ ਘਰੇ ਜਾਊਗਾ ਕਿਸੇ ਨੇ ਕਿਹਾ ਤੁਹਾਨੂੰ ਜੇ ਕਿਹਾ ਦੱਸੋ ਮੈਂ ਐਕਸ ਐਮ ਐਲ ਆ ਦੱਸੋ ਕੀ ਇਖਤਿਆਰ ਆ ਤੁਹਾਡੇ ਕੋਲ ਕਿਹੜੇ ਆਰਡਰ ਲਿਆਓ ਦਿਓ ਮੈਨੂੰ ਇਸੇ ਗੱਲ ਨੇ ਤਾਂ ਅੱਗੇ ਤੁਸੀਂ ਸਿੱਧੂ ਮੂਸੇਵਾਲਾ ਮਰਾਤਾ ਯਾਰ ਲਿਆਓ ਦਿਓ ਮੈਨੂੰ ਕਿਹੜੇ ਆਰਡਰ ਕਿੰਨੇ ਕਿਹਾ ਲਿਆਓ ਦੱਸੋ ਮੈਨੂੰ ਮੈਂ ਤੁਹਾਨੂੰ ਆਪਦਾ ਆਈ ਡੀ ਦਿਖਾ ਰਿਹਾ ਸਾਡੇ ਰਿਸ਼ਤੇਦਾਰ ਅੱਜ ਜਿੰਨੀ ਸਿਕਿਉਰਿਟੀ ਲਾਈ ਜੀ ਉਦੋਂ ਸਿਕਿਉਰਿਟੀ ਲਾਉਂਦੇ ਅੱਜ ਸਿੱਧੂ ਮੂਸੇਵਾਲਾ ਸਾਡੇ ਚ ਹੁੰਦਾ ਕਮਾਲ ਕਰਦੀ ਤੂੰ ਸਾਨੂੰ ਰੋਕੀ ਜਾਂਦੇ ਉਹਦੇ ਫਾਦਰ ਨੂੰ ਬੁਲਾ ਲੈਣਾ ਮੈਂ ਇੱਥੇ ਕਹਿੰਦੇ ਆਰਡਰ ਲਿਆਓ ਦਿਓ ਆਈ ਜੀ ਸਾਹਿਬ ਨੂੰ ਇੱਥੇ ਸਦੋ ਜਿੰਨੀ ਸਿਕਿਉਰਿਟੀ ਅੱਜ ਤੁਸੀਂ ਲਾਈ ਆ ਇਹੋ ਚਾਰ ਬੰਦੇ ਉਦੋਂ ਦਿੱਤੇ ਹੁੰਦੇ ਅੱਜ ਆਹ ਦਿਨ ਨਾ ਸਾਨੂੰ ਵੇਖਣੇ ਪੈਂਦੇ ਰੋਕ ਨਹੀਂ ਰਹੇ ਪਲੀਜ਼ ਰੂਟ ਡਿਵਰਟ ਬ੍ਰਦਰ ਮੈਂ ਦੇਖੋ ਯਾਰ ਅਸੀਂ ਜਦੋਂ ਜਾਣਾ ਹੀ ਪੈਣਾ ਅਸੀਂ ਘਰ ਹੀ ਜਾਣਾ ਚੱਲ ਜਾਊਗੇ